ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਮਾਂ ਬਾਪ ਬਣਨਾ ਕਿਸੇ ਸ਼ਖਸ ਦੀ ਜ਼ਿੰਦਗੀ ਦਾ ਸਭ ਤੋਂ ਸੁਨਹਿਰਾ ਸੁਪਨਾ ਹੁੰਦਾ ਹੈ, ਪਰ ਜ਼ਰੂਰੀ ਨਹੀਂ ਇਹ ਸੁਪਨਾ ਤੁਹਾਡਾ ਕੁਦਰਤੀ ਤਰੀਕੇ ਨਾਲ ਸੱਚ ਹੋਵੇ। ਅੱਜ ਕੱਲ੍ਹ ਕਈ ਤਕਨੀਕਾਂ ਚੱਲ ਪਈਆਂ ਨੇ ਜਿਸ ਦੇ ਨਾਲ ਤੁਸੀਂ ਮਾਂ ਬਾਪ ਹੋਣ ਦਾ ਸੁਖਤ ਅਹਿਸਾਸ ਲੈ ਸਕਦੇ ਹੋ, ਪਰ ਇਸ ਲਈ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਚਾਹੀਦੇ ਹੁੰਦੇ ਨੇ। IVF ਤਕਨੀਕ ਦੇ ਜ਼ਰੀਏ ਪਿਓ ਬਣਨ ਵਾਸਤੇ ਇੱਕ ਸ਼ਖਸ ਨੇ ਜੋ ਕੁਛ ਕੀਤਾ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਪੁਲਿਸ ਕਸਟਡੀ 'ਚ ਜੋ ਸ਼ਖਸ ਤੁਹਾਨੂੰ ਵਿਖਿਆ ਉਸਦੇ ਉੱਤੇ ਇਲਜ਼ਾਮ ਹੈ ਕਿ ਉਹ ਜਾਲੀ ਨੋਟ ਛਾਪਣੇ ਸ਼ੁਰੂ ਹੋ ਗਿਆ। ਹਾਲਾਂਕਿ ਇਹ ਕੋਈ ਸ਼ਰੀਫ ਇਨਸਾਨ ਨਹੀਂ ਸੀ, ਪਹਿਲੇ ਵੀ ਇਹਨੂੰ ਕਿਸੇ ਕਤਲ ਕੇਸ 'ਚ ਸਜ਼ਾ ਹੋ ਚੁੱਕੀ ਆ, ਪਰ ਇਸ ਦੇ ਬਾਅਦ ਵੀ ਇਸਨੇ ਆਪਣਾ ਅਪਰਾਧ ਦੀ ਦੁਨੀਆ ਨਾਲ ਨਾਤਾ ਨਹੀਂ ਤੋੜਿਆ। ਜੇਕਰ ਪੁਲਿਸ ਦੀ ਮੰਨੀਏ ਤਾਂ ਇਹ ਜੇਲ੍ਹ 'ਚੋਂ ਜਮਾਨਤ ਤੋਂ ਬਾਅਦ ਬਾਹਰ ਆ ਗਿਆ। ਇਸ ਤੋਂ ਬਾਅਦ ਇਸਨੇ ਇੱਕ ਕੇਸ 'ਚੋਂ ਪੈਰੋਲ ਵੀ ਜੰਪ ਕਰ ਲਿੱਤਾ, ਜਿਸ ਦੇ ਚੱਲਦਿਆਂ ਇਹ ਹੁਣ ਆਪਣੇ ਆਪ ਨੂੰ ਪਿਓ ਬਣਾਉਣਾ ਚਾਹੁੰਦਾ ਸੀ, ਜਿਸ ਲਈ ਇਸ ਨੂੰ IVF ਤਕਨੀਕ ਦਾ ਸਹਾਰਾ ਲੈਣਾ ਪੈਣਾ ਸੀ। ਇਸ ਲਈ ਇਸ ਨੂੰ ਮੋਟੀ ਰਕਮ ਚਾਹੀਦੀ ਸੀ ਅਤੇ ਜਨਾਬ ਨੇ ਜਾਲੀ ਨੋਟ ਬਣਾਉਣੇ ਸ਼ੁਰੂ ਕਰ ਦਿੱਤੇ। ਇਹੀ ਨਹੀਂ, ਇਸ ਦੇ ਨਾਲ ਨਾਲ ਇਹਨਾਂ ਨੇ ਨਸ਼ੇ ਦਾ ਧੰਦਾ ਵੀ ਸ਼ੁਰੂ ਕਰ ਦਿੱਤਾ, ਪਰ ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿੱਤਾ। ਜਾਲੀ ਨੋਟ ਵੀ ਬਰਾਮਦ ਹੋ ਗਏ, ਅਵੈਧ ਹਥਿਆਰ ਵੀ ਅਤੇ ਨਸ਼ਾ ਵੀ। ਤੁਸੀਂ ਆਪ ਹੀ ਸੁਣ ਲਵੋ ਕਿਵੇਂ ਹੋਈ ਇਸ ਦੀ ਗ੍ਰਿਫਤਾਰੀ। ਦੈਨਿਕ ਮੇਲ ਪੰਜਾਬੀ TV ਦੇ ਪੱਤਰਕਾਰ ਰਮੇਸ਼ ਕੁਮਾਰ ਦੀ ਇਹ ਰਿਪੋਰਟ ਵੇਖੋ। ਚੰਡੀਗੜ੍ਹ ਦੇ ਕੱਤੀ ਥਾਣੇ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਕੋਲ ਤੇ ਇੱਕ ਪਿਸਟਲ ਅਤੇ ਕਈ ਜ਼ਿੰਦਾ ਕਾਰਤੂਸ ਮਿਲੇ ਨੇ। ਤੁਸੀਂ ਦਾਇਰ ਤਸਵੀਰਾਂ ਦੇਖ ਰਹੇ ਹੋ, ਇਸ ਟਾਈਮ ਕੱਤੀ ਥਾਣੇ ਦੀਆਂ ਨੇ ਜਿੱਥੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਆ। ਹਾਲਾਂਕਿ ਪੁਲਿਸ ਸੂਤਰਾਂ ਦੀ ਮੰਨੀਏ ਇਹਦੇ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਚੱਲ ਰਹੇ ਨੇ। ਇਹਦੇ ਵਿੱਚ ਕੀ ਪੁਲਿਸ ਦਾ ਕੀ ਕਹਿਣਾ ਇਹ ਵੀ ਤੁਹਾਨੂੰ ਸੁਣਾਉਂਦੇ ਹਾਂ। ਜਿਹੜਾ ਕਿ ਇੱਕ ਬੰਦੇ ਦੀ ਗ੍ਰਿਫਤਾਰੀ ਕੀਤੀ ਗਈ ਹੈ ਅਤੇ ਉਹ ਕੌਣ ਨੇ ਉਹ ਡੇ ਜਾਣ ਨਹੀਂ ਸਕਣਾ ਨੇ। ਇਸ ਮਾਮਲੇ ਦੇ ਵਿੱਚ ਜੋ ਜਾਂਚ ਅਧਿਕਾਰੀ ਨੇ ਸ੍ਰੀਤਾ ਰਾਏ, ਮੈਡਮ ਸਵਾਗਤ ਹੈ ਤੁਹਾਡਾ। ਕੌਣ ਹੈ ਬੰਦਾ ਇਹ ਜਿਹਦੀ ਗ੍ਰਿਫਤਾਰੀ ਕੀਤੀ, ਕੀ ਕੰਮ ਕਰਦਾ ਸੀ? ਸਾਗਰ ਨਾਮ ਦਾ ਇੱਕ ਆਦਮੀ ਹੈ ਜੋ ਰਾਮ ਦਰਬਾਰ ਮੇਂ ਰਹਿਤਾ ਥਾ ਔਰ ਇਸਕੇ ਉੱਪਰ ਪਹਿਲੇ ਵੀ ਅਪਰਾਧਿਕ ਮਾਮਲਾ ਦਰਜ ਹੈ। ਕੱਲ ਹਮੇ ਸੀਕ੍ਰੇਟ ਇਨਫੋਰਮੇਸ਼ਨ ਲਗੀ ਥੀ ਕਿ ਇਹ ਇਸਕੇ ਪਾਸ ਇੱਕ ਏਜੈਂਟ ਗਾੜੀ ਹੈ ਸਫੇਦ ਰੰਗ ਕੀ, ਜਿਸਮੇ ਇਹ ਪਾਸ ਹੋਗਾ ਕੁਛ ਹੀ ਦੇਰ ਮੇਂ, ਮੁਖਬਰੀ ਹਮੇ ਮਿਲੀ ਥੀ ਕੁਛ ਹੀ ਦੇਰ ਮੇਂ ਪਾਸ ਹੋਗਾ, ਤੋ ਉਸਮੇ ਉਸਕੇ ਪਾਸ ਹੀਰੋਇਨ ਮਿਲ ਸਕਤਾ ਹੈ, ਦੇਸੀ ਕੱਟਾ ਹੈ ਵੋ ਮਿਲ ਸਕਤਾ ਹੈ ਐਂਡ ਕੁਛ ਜਾਲੀ ਕਰੰਸੀ ਵੀ ਹੈ। ਤੋ ਸੂਚਨਾ ਪਾ ਕੇ ਹਮਨੇ ਜੋ ਹੈ ਨਾਕਾ ਲਗਾਇਆ ਜਪਾਨੀ ਗਾਰਡਨ ਕੇ ਸਾਹਮਣੇ, ਤੋ ਸੂਚਨਾ ਅਥੈਂਟਿਕ ਥੀ ਔਰ ਗਾੜੀ ਕੁਛ ਹੀ ਦੇਰ ਮੇਂ ਆ ਗਈ, ਗਾੜੀ ਕੋ ਇਸ਼ਾਰਾ ਕਰਕੇ ਰੋਕਾ, ਤੋ ਉਹਨੇ ਉਸਕੋ ਬਤਾਇਆ ਕਿ ਤੁਹਾਡੇ ਬਾਰੇ ਮੇਂ ਐਸੇ ਐਸੇ ਕਰਕੇ ਸੂਚਨਾ ਹੈ, ਤੋ ਤਲਾਸ਼ੀ ਲੈਣਾ ਚਾਹਤੇ ਹੈ। ਉਸਸੇ ਪਹਿਲੇ ਉਸਕੇ ਡੱਬ ਮੇਂ ਜੋ ਹੈ ਦਾਹਿਨੀ ਡੱਬ ਮੇਂ ਇੱਕ ਦੇਸੀ ਕੱਟਾ ਨਜ਼ਰ ਆ, ਉਸਕੋ ਹਮਨੇ ਲਿਆ, ਉਸਮੇਂ ਇੱਕ ਜਿੰਦਾ ਰਾਊਂਡ ਥਾ, ਤੋ ਉਸਕੋ ਹਮਨੇ ਕਬਜ਼ਾ ਮੇਂ ਲੈ ਲਿਆ। ਫਿਰ ਹਮਨੇ ਉਸਕੋ ਸੈਕਸ਼ਨ 42 NDPS ਐਕਟ ਕਾ ਨੋਟਿਸ ਦਿਆ ਕਿ ਆਪ ਜੋ ਹੈ ਤਲਾਸ਼ੀ ਆਪਣੀ ਜੋ ਹੈ ਕਿਸੇ GO ਆਫਿਸਰ ਕੇ ਸਾਹਮਣੇ ਦੇ ਸਕਦੇ। ਤੋ ਫਿਰ ਹਮਨੇ ਹਮਾਰੀ SDPO ਸਾਊਥ ਜੋ ਹੈ ਨੇਹਾ ਯਾਦਵ, ਉਨਕੋ ਮੌਕਾ ਪਰ ਬੁਲਾਇਆ, ਤੋ ਉਹਨੇ ਤਲਾਸ਼ੀ ਲੀ, ਤੋ ਉਨਕੀ ਤਲਾਸ਼ੀ ਮੇਂ ਜੋ ਹੈ ਔਰ 4 ਲਾਈਵ ਕਾਰਟ੍ਰਿਜਿਸ, 50 grams ਹੈਰੋਇਨ ਐਂਡ 39,900 ਰੁਪਏ ਕੀ ਜਾਲੀ ਕਰੰਸੀ ਬਰਾਮਦ ਹੋਈ। ਅਲੱਗ ਅਲੱਗ ਡਿਫਰੈਂਟ ਨੋਟ, ਜੈਸੇ ਕੁਛ ਨੋਟ 100 ਕੇ ਹੈ, ਕੁਛ 50 ਕੇ ਹੈ, ਕੁਛ 2,000 ਕੇ ਹੈ, ਕੁਛ ਔਰ ਹੈ, ਤੋ ਇਸ ਤਰ੍ਹਾਂ ਕੀ ਚੀਜ਼ੇ ਬਰਾਮਦ। ਤੋ ਕੁਛ ਪਤਾ ਚਲਾ ਇਨਪੇ ਜੋ ਅਪਰਾਧਿਕ ਮਾਮਲੋ ਕੀ ਬਾਤ ਕੀ ਆਪਨੇ, ਪਹਿਲੇ ਮਾਮਲੇ ਕਿੰਨੇ ਕਿਲਾ ਦੇ? ਜੀ ਜੀ, ਇੱਕ ਮਰਡਰ ਕਾ ਮਾਮਲਾ ਦਰਜ ਹੁਆ ਥਾ 2008 ਮੇਂ, ਜਿਸਮੇਂ ਇੱਕ ਲਗਭਗ 11 ਸਾਲ ਕੀ ਸਜ਼ਾ ਕਾਟ ਕੇ ਅਭੀ ਬੇਲ ਪਰ ਆਈ ਹੋਪ ਆਇਆ ਥਾ। ਤੋ ਪੁੱਛਤਾਛ ਮੇਂ ਇਹ ਜਾਂਚ ਮੇਂ ਇਹ ਸਾਹਮਣੇ ਆਇਆ ਹੈ ਕਿ ਇਸਕਾ ਖਰਚਾ ਪਾਣੀ ਜੋ ਹੈ ਚੱਲ ਨਹੀਂ ਰਹਾ ਥਾ ਔਰ ਇਸਕੀ ਵਾਈਫ ਕੋ ਕੋਈ ਬੱਚਾ ਨਹੀਂ ਹੈ, ਤੋ ਇਹ IVF ਕਰਾਨੇ ਕੇ ਲੀਏ 10-15 ਹਜ਼ਾਰ ਮੇਂ ਉਸਕਾ ਪੈਸਾ ਜੁੜ ਨਹੀਂ ਰਹਾ ਥਾ, ਤੋ ਉਹ ਦੁਬਾਰਾ ਗਲਤ ਧੰਦੋ ਮੇਂ ਪੜ ਗਿਆ। ਕਹਾਂ ਕਾ ਰਹਿਣ ਵਾਲਾ ਹੈ ਇਹ? ਰਾਮ ਦਰਬਾਰ ਕਾ ਰਹਿਣ ਵਾਲਾ ਹੈ। ਤੋ ਜੋ ਅਪਰਾਧਿਕ ਮਾਮਲੇ ਪੰਜਾਬ ਮੇਂ ਹੈ, ਚੰਡੀਗੜ੍ਹ ਮੇਂ ਇਸਕੇ ਕਹਾਂ ਵਹਾਂ ਪੇ? ਇੱਕ ਪੁਲਿਸ ਸਟੇਸ਼ਨ ਪੰਚਕੁਲਾ ਮੇਂ ਹੈ, ਇੱਕ ਲੁਧਿਆਨਾ ਮੇਂ ਹੈ, ਇੱਕ ਅੰਬਾਲਾ ਮੇਂ ਹੈ। ਤੋ ਕੌਣ ਕੌਣ ਸੇ ਮਾਮਲੇ ਹੈ ਇਸ ਪੇ? ਜੀ ਇੱਕ ਮਾਮਲਾ ਤੋ ਮਰਡਰ ਕਾ ਹੀ ਹੈ, ਦੂਸਰਾ ਮਾਮਲਾ ਹੈ ਮਰਡਰ ਔਰ ਲੂਟ ਕਾ ਮਾਮਲਾ ਹੈ, ਇੱਕ ਮਾਮਲਾ ਅਗੇਨ ਆਰਮਸ ਐਕਟ ਕਾ ਹੈ ਐਂਡ ਤੀਸਰਾ ਮਾਮਲਾ ਜੋ ਹੈ ਉਹ ਪੈਰੋਲ ਜੰਪ ਕਰਨੇ ਕਾ ਮਾਮਲਾ ਹੈ,
पैरोल पे आया था तो उसके बाद गया। तो अभी ये इस पे जो आपने धाराएं लगाई है तो पुलिस रिमांड कितने दिनों के लिए गया? पुलिस रिमांड अभी 2 दिन का लिया। तो जिदा कि तुसी देखिया कि पूरा 2 दिन का पुलिस रिमांड लिया गया। हालांकि देखने वाली गल है कि पुलिस रिमांड के दौरान पुलिस इन्हां दा की खुलासा करा। चमत्कार हुंदे ने, देखो अपनी अखां सामने 3 घंटे च हर परेशानी का हल पाओ। सत इलमां दे माहिर दिवानशु जोशी, मेरे किते नूं कोई कट नहीं सकदा, कट्टण वाले नूं मूंह मंगिया ही ना। परेशानी जिवें मनचाहा प्यार, पति पत्नी चनबण, काले जादू का खात्मा, बीमारी दवा ना लगना, वशीकरण करवाओ, जिस नूं चाहे उस नूं अपने वश च करो। लाटरी नंबर पाओ भावें 649 होवे जां लोटोमैक्स। धोखेबाज प्रेमी प्रेमिका सौतन दुश्मन नूं अपनियां अखां सामने तड़फदा वेखो। 7082844950। पंडित एम के शर्मा, फीस नहीं इनाम लवांगा, धोखा नहीं कम करांगा, माता रानी ने चाहिया ता खून दे हंजू नहीं आउण देवांगा। पंडित मौलवी तो विश्वास खो चुके, एक बार जरूर अजमाओ। पंडित एम के शर्मा, प्रेमी प्रेमिका नु मिलाना, सौतन दुश्मन तो छुटकारा, विदेश यात्रा च रुकावट, माता पिता नु मनाना, एक बार मिलाओ फोन ते जरूर अजमाओ अपनी किस्मत। करो संपर्क 9773995956।